ਸਲਾਮ ਅਲੈਕੁਮ ਕੀ ਹਾਲ ਚਾਲ ਆ ਜੀ ਕਿਦਾਂ ਸਭ ਵਧੀਆ ਹਰ ਤਰ੍ਹਾਂ ਖਰੀਅਤ ਹੈ ਜੀ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ ਬਹੁਤ ਬਹੁਤ ਸ਼ੁਕਰੀਆ ਮੈਨੂੰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਬਹੁਤ ਸਾਰੇ ਲੋਕ ਅੱਜਕੱਲ ਮੈਨੂੰ ਮਿਲ ਰਹੇ ਨੇ ਜਿਹੜੇ ਮੈਨੂੰ ਦੱਸਦੇ ਆ ਕਿ ਕੋਈ ਕਹਿੰਦਾ ਮੇਰੇ ਦਾਦਾ ਜੀ ਜਿਹੜੇ ਆ ਉਹ ਤੁਹਾਡੀਆਂ ਕਾਲਾਂ ਬਹੁਤ ਸੁਣਦੇ ਆ ਕੋਈ ਕਹਿ ਰਿਹਾ ਮੇਰੇ ਅਬੂ ਜੀ ਤੁਹਾਡੀਆਂ ਬਹੁਤ ਕਾਲਾਂ ਸੁਣਦੇ ਆ ਸਾਡੇ ਬਾਬਿਆਂ ਨੂੰ ਮੇਰੀ ਤਰਫੋਂ ਗੋਡਿਆਂ ਨੂੰ ਹੱਥ ਲਾ ਕੇ ਬਹੁਤ ساری ਮੁਹੱਬਤ ਬਹੁਤ ਸਾਰਾ ਪਿਆਰ ਅੱਲਾਹ ਪਾਕ ਤੁਹਾਨੂੰ ਸੇ ਤੰਦਰੁਸਤੀ ਦੇਵੇ ਤੁਸੀਂ ਮੈਨੂੰ ਪਸੰਦ ਕਰਦੇ ਆ ਇਹਦਾ ਬਹੁਤ ਬਹੁਤ ਸ਼ੁਕਰੀਆ ਜ਼ਿਲ੍ਹੇ ਹੁਣ ਸਾਡੇ ਬਾਬੇ ਜਿਹੜੇ ਆ ਸਾਡੇ ਵੱਡੇ ਸਾਡੇ ਬਜ਼ੁਰਗ ਜ਼ਿਲ੍ਹੇ ਉਹ ਮੇਰੀ ਆ ਗੱਲ ਸੁਣਦੇ ਨੇ ਸੁਣ ਰਹੇ ਨੇ ਤੇ ਉਹਨਾਂ ਤੋਂ ਰਿਕਵੈਸਟ ਆ ਮੇਰੇ ਵਾਸਤੇ ਦੁਆ ਕਰਨੀ ਹੈ ਤੁਸੀਂ ਅੱਲਾਹ ਪਾਕ ਇਸ ਦਿਮਾਗ ਨੂੰ ਵਸਤ ਦੇਵੇ ਅੱਲਾਹ ਪਾਕ ਆਮਦ ਦਾ سلسلہ ਜਿਹੜਾ ਆ ਆਈਡੀਆਜ਼ ਦਾ سلسلہ ਉਹ ਜਾਰੀ ਰੱਖੇ ਮੇਰੀਆਂ ਛੋਟੀਆਂ ਮੋਟੀਆਂ ਗਲਤੀਆਂ ਕੁੱਤਾਈਆਂ ਜਿਹੜੀਆਂ ਉਹ ਅੱਲਾ ਪਾਕ ਮਾਫ ਕਰਕੇ ਤੇ ਇਸ سلسلے ਨੂੰ ਹਮੇਸ਼ਾ ਚਲਾਉਂਦਾ ਰੱਖੇ ਤੇ ਇਹ ਮੈਂ ਇਹਨੂੰ ਪਿਕਚਰਾਇਜ਼ ਕਰਕੇ ਤੇ ਅੱਗੇ ਤੁਹਾਡੇ ਤਾਈਂ ਤੋਰ ਦਵਾਂ ਤੇ ਮੈਨੂੰ ਇਸ ਗੱਲ ਦਾ ਬਹੁਤ ਅੱਛੇ ਤਰੀਕੇ ਨਾਲ ਅਹਿਸਾਸ ਹੈ ਕਿ تنہائی ਦੇ ਸ਼ਿਕਾਰ ਲੋਕ ਤੇ ਜਿਹੜੇ ਜਿਨ੍ਹਾਂ ਨੂੰ ਗੱਲ ਕਰਨ ਵਾਲਾ ਜਿਨ੍ਹਾਂ ਕੋ ਕੋਈ ਨਹੀਂ ਹੈਗਾ ਯਾ ਇੱਧਰ ਉੱਧਰ ਉਹ ਅਗਰ ਮੇਰੀਆਂ ਕਾਲਾਂ ਸੁਣ ਕੇ ਖੁਸ਼ ਹੁੰਦੇ ਨੇ ਥੋੜੀ ਦੇਰ ਵਾਸਤੇ ਹੱਸਦੇ ਨੇ ਤੇ ਇਹ ਰੱਬ ਦੀ ਬੜੀ ਮਿਹਰਬਾਨੀ ਆ ਮੈਂ ਰੱਬ ਦਾ ਵੀ ਮਸ਼ਕੂਰ ਆ ਤੇ ਤੁਹਾਡੀ ਮਿਹਰਬਾਨੀ ਆ ਤੁਸੀਂ ਮੈਨੂੰ ਪਸੰਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਹੁੰਦੇ ਵਾਸਤੇ ਰਹੋ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਕਾਲ ਮਲਾਉਣ ਜਾ ਰਹੇ ਆ ਜੀ ਚਾਚੇ ਬਿਸ਼ਾਰਤ ਨੂੰ ਮਲਾਓ ਜੀ ਕਾਲ ਹਲੋ ਹਲੋ ਸਾਡਾ ਬਾਬਾ ਨਾਪੋਤਰਾ ਕਿਦਾ ਅੱਲਾ ਦਾ ਸ਼ੁਕਰ ਹੈ ਚਾਚਾ ਬਿਸ਼ਾਰਤ ਤਰ ਜਾ ਯਾਰ ਇੱਕ ਮਿੰਟ ਤੇ ਨਾ ਗੱਲ ਕਰਨ ਲਈ ਪਾਈ ਉੱਠ ਕੇ ਬੈਣਾ ਪੈਂਦਾ ਕਿੱਦਾਂ ਸਨਾ ਗੁਜ਼ਰ ਬਸਰ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਖੇਡ ਚੱਲੀ ਜਾ ਰਹੀ ਏ ਤੜਾ ਤੜ ਅੰਨੇਵਾਹ ਖੇਡਦਾ ਕੁਝ ਮੈਂ ਕਰਿਆ ਦੇਈ ਜਾ ਰਿਆ ਤੇ ਖਾਈ ਜਾ ਰਿਆ ਤੇ ਉਹ ਅੰਨੇਵਾਹ ਦੇ ਰਿਆ ਤੇ ਅਸੀਂ ਅੰਨੇਵਾਹੀ ਖਰਚ ਕਰੀ ਜਾ ਰਾਂ ਹਾਏ ਬਾਅਦ ਦਾ ਸ਼ੁਕਰ ਕਰਦਾ ਰਹੀ ਕਿਤੇ صدਕੇ ਜਾਵਾ ਉਹਦੀਆਂ ਰਹਿਮਤਾਂ ਤੋਂ ਵਾ ਵਾ ਔਰ ਮੈਂ ਛੱਡ ਗੱਲਾਂ ਦਿਓ ਮੈਨੇ ਕਰ ਲੈਨੇ ਆ ਯਾਰ ਆ ਹਾ ਹਾ ਵਾ ਰਬਾ ਹਾਈ ਆ ਪਰਸੋਂ ਮੈਨੂੰ ਮਾਰੀ ਮੇ ਸਕਾਲ ਹਾਂ ਤੇ ਤੂੰ ਆ ਗੋ ਮੈਨੂੰ ਫੋਨ ਕਰਦਾ ਹੁੰਨਾ ਕੀਤਾ ਨਹੀਂ ਉਹ ਚੱਤਾ ਬਿਸ਼ਾਰਾ ਤੂੰ ਮੈਂ ਮੀਟਿੰਗ 'ਚ ਸੀਗਾ ਉਹ ਤੇ ਕੇ ਕਰਦਾ ਤੇਰਾ ਕੇ ਕੰਮ ਮੀਟਿੰਗ 'ਚ ਨਹੀਂ ਉਹ ਆ ਉਹ ਤੇ ਤੈਨੂੰ ਕਹਾਂ ਮੀਟਿੰਗ 'ਚ ਸਾਧਦਾ ਮੀਟਿੰਗ ਆ ਬੁੱਲਦਾ ਤੇਰਾ ਕੇ ਕੰਮ ਆ ਨਾ ਕੋ ਕੰਮ ਨਾ ਕਰ ਮੀਟਿੰਗ ਆਡੀ ਮੀਟਿੰਗ ਕਰਦਾ ਮੀਟਿੰਗ ਸੀਗੀ ਸਾਡੇ ਨਾ ਰਿਸ਼ਤੇਦਾਰ ਨੇ ਦੂਰੋਂ ਨੇੜੇ ਨਾ ਮੀਟਿੰਗ ਚ ਹਾਂ ਉਹਨਾਂ ਨੇ ਮੀਟਿੰਗ ਚ ਰਿਸ਼ਤੇਦਾਰ ਯਾਰ ਨਹੀਂ ਹੁੰਦੇ ਯਾਰ ਨਹੀਂ ਨਹੀਂ ਰਿਸ਼ਤੇਦਾਰਾਂ ਦੀ ਮੀਟਿੰਗ ਹੋ ਰਹੀ ਸੀ ਅੱਛਾ ਚਲਿਆ ਹਾਂ ਉਹਨਾਂ ਨੇ ਨਾ ਆਪਣਾ ਪਲਾਂਟ ਇੱਕ ਲਾਇਆ ਮਿਲ ਲਾਈ ਆ ਕੱਪੜਾ ਰੰਗਣ ਦੀ ਅੱਛਾ ਠੀਕ ਹੈ ਕੋਰਾ ਕੱਪੜਾ ਲੈਂਦੇ ਆ ਆ ਪਤਾ ਮੈਨੂੰ ਜਿਹਨੂੰ ਡੈਂਕ ਕਹਿੰਦੇ ਆ ਹਾਂ ਕੋਰਾ ਕੱਪੜਾ ਲੈ ਕੇ ਅੱਗੇ ਉਹਨਾਂ ਨੇ ਰੰਗ ਮਾਸਟਰ ਰੱਖੇ ਹੋਏ ਅੱਛਾ ਚਾਚਾ ਬਿਸ਼ਰਤ ਇੱਕ ਗੱਲ ਦੱਸ ਹਾਂ ਜੇ ਤੂੰ ਤੇ ਮੈਂ ਕਰੀਏ ਗੱਲਾਂ ਕਿਉਂ ਅਸੀਂ ਤੋਤੇ ਆ ਨਹੀਂ ਹਾਂ ਮੈਂ ਤੈਨੂੰ ਕਰਾਂ ਫੋਨ ਹਾਂ ਆਪਾਂ ਕਰੀਏ ਦੋਨੋਂ ਚਾਚਾ ਬਿਸ਼ਰਾਤ ਗੱਲਾਂ ਅੱਛਾ ਇਹਨਾਂ ਗੱਲਾਂ ਨੂੰ ਸੁਣ ਕੇ ਹਾਂ ਤੇ ਜੇ ਰੱਬ ਦੀ مخلوਕ ਹੱਸੇ ਤੇ ਕੰਮ ਮਾੜਾ ਕਿ ਚੰਗਾ ਨਹੀਂ ਮਾੜਾ ਇਹ ਕੰਮ ਤਾਂ ਚੰਗਾ ਯਾਰ ਕਿਸੇ ਨੂੰ ਹਸਾਉਣਾ ਕਹਿੰਦੇ ਆਣ ਇਬਾਦਤ ਆ ਅੱਛਾ ਜੇ ਤੂੰ ਤੇ ਮੈਂ ਕਰੀਏ ਗੱਲਾਂ ਤੇ ਆਪਣੇ ਘਰੋਂ ਪਰਦੇਸ ਚ ਬੰਦਾ ਗਿਆ ਹੋਵੇ ਰੋਟੀ ਕਮਾਉਣ ਅੱਛਾ ਉੱਥੇ ਕੱਲਾ ਕਮਰੇ ਚ ਪਿਆ ਉੱਚੀ ਉੱਚੀ ਹੱਸੇ ਤੇ ਕੰਮ ਚੰਗਾ કે ਮਾੜਾ ਬਹੁਤ ਚੰਗਾ ਤੇ ਜੇ ਕੈਨੇਡਾ ਬੈਠਾ ਹੋਵੇ ਬੰਦਾ ਤੇ ਆਪਣੇ ਬਾਪੂ ਨੂੰ ਭੇਜੇ ਇਸ ਵੀਡੀਓ ਦਾ ਲਿੰਕ ਤੇ ਉਹ ਬੁੱਢਾ ਬਾਪੂ ਬਾਹਰ ਬੈ ਕੇ ਨਿੰਮ ਦੇ ਥੱਲੇ ਜਾਂ ਬੋਰਡ ਦੇ ਥੱਲੇ ਹੱਸੇ ਤੇ ਕੰਮ ਮਾੜਾ ਕਿ ਚੰਗਾ ਓ ਯਾਰ ਚੰਗਾ ਕੰਮ ਆ ਹੁਣ ਮੈਨੂੰ ਬਾਂਦਰ ਹੀ ਨਾ ਬੜਾਈ ਜਾ ਮੈਂ ਤੇਰਾ ਬਾਂਦਰ ਹਰੇ ਪਮੈ ਨੂੰ ਤੁ ਕਲੀ ਕਲੀ ਲੈ ਫਰਦਾ ਵਾ ਠੀਕ ਆ ਗੱਲਾਂ ਬਾਤਾਂ ਤੋਂ ਹਸਣਾ ਚਾਹੀਦਾ ਪਰੇਸ਼ਾਨੀਆਂ ਦੂਰ ਹੋਉਂਦੀਆਂ ਮੰਨ ਲਿਆ ਹਾਂ ਤੇ ਇਹ ਦੌਰ ਵੀ ਇਦਾਂ ਦਾ ਆਇਆ ਜੱਜ ਹਾਂ ਇਹਦੇ ਵਿੱਚ ਤਾਂ ਸਾਰੇ ਰਵਾਉਣ ਆ ਲਈ ਆ ਯਾਰ ਹਾਏ ਹਸਾਉਣਾ ਲਾ ਤੇ ਕੋਈ ਕੋਈ ਹੁੰਦਾ ਹਾਏ ਤੇ ਇਹ ਅੱਜ ਕੱਲ ਤੇ ਮਰਿਆਂ ਦੇ ਉੱਤੇ ਬੈ ਕੇ ਉੱਥੇ ਉੱਥੇ ਹੱਸਦੇ ਆਂ ਹੀ ਦੇਖ ਜਿੱਥੇ ਰੋਣਾ ਹੁੰਦਾ ਹਾਂ ਤੇ ਜਿੱਥੇ ਹੱਸਣਾ ਹੁੰਦਾ ਉੱਥੇ ਰੋਂਦੇ ਓਏ ਓਏ ਮਰਿਆ ਨੂੰ ਵੀ ਪੁੰਨਣੋਂ ਨਹੀਂ ਹਟਦੇ ਤੇ ਇਦਾਂ ਦੇ ਤੇ ਅੱਜ ਕੱਲ੍ਹ ਦੌਰ ਆ ਗਏ ਉਹਨਾਂ ਨੇ ਲਾਲੀ ਸਾਡੇ ਰਿਸ਼ਤੇਦਾਰਾਂ ਨੇ ਮਿਲ ਅੱਛਾ ਮਿਲ ਲਾਈਏ ਮਿਲ ਅੱਛਾ ਆਪਣੇ ਕੱਪੜਾ ਰੰਗਣ ਦੀ ਅੱਛਾ ਫਿਰ ਲੋਨਾਂ ਦੀ ਸੂਟਾਂ ਦੀ ਡੈਂਗ ਡੈਂਗ ਤੇ ਉੱਥੇ ਮਸ਼ੀਨਰੀ ਲੱਥਣ ਢਈਏ ਬਾਹਰ ਦੇ ਮੁਲਕੋਂ ਕੰਟੇਨਰਾਂ ਦੇ ਕੰਟੇਨਰ ਆਉਂਦੇ ਕੱਪੜੇ ਦੇ ਨਹੀਂ ਆਹ ਮਸ਼ੀਨਾਂ ਦੇ ਜਿਹੜੀਆਂ ਮਸ਼ੀਨਾਂ ਲੱਗਣੀਆਂ ਨੇ ਜਿਨ੍ਹਾਂ ਨੇ ਕੱਪੜਾ ਰੰਗਣਾ ਹੈ ਅੱਛਾ ਸੱਚਾ ਬਿਛਾਰਾ ਤੇ ਡੀਡੀ ਵੱਡੀ ਮਤਲਬ ਦੋ ਦੋ ਕਿੱਲਿਆਂ ਦੀ ਨਾ ਮਸ਼ੀਨ ਇੱਕ ਹਾਂ ਮਤਲਬ ਰੂਲਾ ਵੱਡਾ ਸਾਰਾ ਚਿੱਟੇ ਕੱਪੜੇ ਦਾ ਉਹ ਇੱਕ ਪਾਸਿਓਂ ਦੇ ਵਿੱਚ ਜਾਣ ਡਿਆ ਅਗਲੇ ਪਾਸਿਓਂ ਪਤਾ ਨਹੀਂ ਕਿੱਥੋਂ ਕਿੱਥੋਂ ਹੋ ਹੂ ਕੇ ਨਾ ਤੇ ਲੌਨ ਤਿਆਰ ਹੋ ਕੇ ਅਗਲੇ ਪਾਸੇ ਜਾ ਕੇ ਨਾ ਕਿੱਲੇ ਤੇ ਤੇ ਢੇਰ ਲੱਗਣ ਡਿਆ ਉਹਦਾ ਬੜੀ ਲੰਮੀ ਮਸ਼ੀਨ ਵਈ ਮੈਨੂੰ ਪਤਾ ਉਹਨੂੰ ਉਹ ਕਹਿੰਦੇ ਆ ਕੀ ਕੀਗਾ ਉਹਨੂੰ ਕਹਿੰਦਾ ਮਸ਼ੀਨ ਜੀ ਕਹਿੰਦੇ ਆ ਹਾਂ ਤੇ ਉਹ ਆਏ ਨੇ ਜਨਾਬ ਉਹ ਮਸ਼ੀਨ ਲਾਦੀਆਂ ਨੂੰ ਤੇ ਮਸ਼ੀਨਾਂ ਨੂੰ ਹੋ ਗਿਆ 3 ਮਹੀਨੇ ਕੀ ਕਰਦਿਆਂ ਨੂੰ ਨਹੀਂ ਉਹ ਕੰਟੇਨਰ ਆ ਕੇ ਲਾ ਜਾਂਦੇ ਨੇ ਨਾ ਲਾ ਜਾਂਦੇ ਹਾਂ ਉਹ ਲਿਫਟਰ ਜੇ ਨਹੀਂ ਜਿਹੜੇ ਹੁੰਦੇ ਉਹ ਜਿਹੜੇ ਚੁੱਕ ਕੇ ਮਸ਼ੀਨਾਂ ਥੱਲੇ ਲਾਉਂਦੇ ਆ ਟਰੈਕਟਰ ਜੇ ਨਿਕ ਜੇ ਔਰ ਛੋਟੇ ਰਖਸ਼ ਜੇ ਆਹੋ ਆਹੋ ਉਹਨਾਂ ਨੇ ਮਸ਼ੀਨਾਂ ਲਾਦਤੀਆਂ ਹੁਣ ਨਾ ਉਹ ਜਿਹੜੀ ਕੰਪਨੀ ਨੇ ਮਸ਼ੀਨਾਂ ਬਣਾਈਆਂ ਨਾ ਹਾਂ ਉਹ ਕੰਪਨੀ ਦੇ ਆਏ ਨੇ ਰਾਤੀ ਬੰਦੇ ਇਥੇ ਅੰਗਰੇਜ਼ ਹਾਂ ਜੀ ਅੰਗਰੇਜ਼ ਆ ਬਾਹਰ ਦੇ ਬਾਹਰ ਦੇ ਜਿਹੜੀ ਕੰਪਨੀ ਨੇ ਬਣਾਈਆਂ ਆ ਅੱਛਾ ਉਹਨਾਂ ਨੇ ਹੁਣ ਨਾ ਇਹ ਫਿੱਟ ਕਰਕੇ ਹਾਂ ਚਲਾ ਕੇ ਇੱਕ ਅੱਦਾ ਰੂਲਾ ਕੱਢ ਕੇ ਸੈਂਪਲ ਦਾ ਹਾਂ ਕਿ ਜੀ ਐਦਾਂ ਰੰਗਣਾ ਹੈ ਅੱਛਾ ਤੇ ਇਹਨਾਂ ਨੂੰ ਦੇ ਕੇ ਫੇਰ ਇਹਨਾਂ ਦੇ ਹਵਾਲੇ ਕਰਕੇ ਜਾਂਦੇ ਨੇ ਇਹਨਾਂ ਦਾ 3-4 ਮਹੀਨੇ ਦਾ ਇੱਥੇ ਕੰਮ ਅੱਛਾ ਯਾਰ ਹਾਂ ਤੇ ਉਹ ਜਰਾਬ ਰਾਤੀ ਅੰਗਰੇਜ਼ ਵੀ ਸੀਗੇ ਉਹਦੇ 'ਚ ਮੀਟਿੰਗ 'ਚ ਤੇਰੀ ਮੀਟਿੰਗ 'ਚ ਨਹੀਂ ਨਹੀਂ ਮੈਂ ਤੇ ਰਿਸ਼ਤੇਦਾਰੀ ਦੇ ਚੱਕਰ 'ਚ ਗਿਆ ਸੀ ਨਾ ਮੀਟਿੰਗ ਉਹ ਆਪਾਂ ਦਾ ਰਏ ਆ ਕਿ ਚੱਲ ਹੋਰਾ ਕੋ ਕੋ ਖਾ ਲਿਆ ਮਾੜਾ ਮੋਟਾ ਉੱਥੇ ਲੰਗਰ ਬਹੁਤ ਸਹੀ ਆ ਸਹੀ ਆ ਆਪਾਂ ਤਾਂ ਰੋਟੀ ਦੇ ਚੱਕਰ 'ਚ ਗਏ ਸੀ ਆਹਾ ਮੀਟਿੰਗ ਤਾਂ ਭਾਈ ਜਿਨ੍ਹਾਂ ਨੇ ਜਿਨ੍ਹਾਂ ਨੇ ਮਸ਼ੀਨਾ ਮੰਗਾਈਆਂ ਤੇ ਜਿਨ੍ਹਾਂ ਨੇ ਫਿੱਟ ਕਰਨੀਆਂ ਗੱਲਾਂ ਤਾਂ ਅਗਲੀਆਂ ਦੀਆਂ ਨੇ ਨਾ ਅਸਤਾ ਉਹ ਹੀ ਆਹੋ ਨੀ ਆਹੋ ਆਹੋ ਨੀ ਆਹੋ ਆਹੋ ਨੀ ਆਹੋ ਬਸ ਅਸੀਂ ਇਦਾਂ ਉਹ ਜਿਹੜੀ ਵੀ ਗੱਲ ਅੰਗਰੇਜ਼ ਗੱਲ ਕਰਨ ਤਾਂ ਅਸੀਂ ਕਹੀ ਜੀ ਆਹੋ ਜੀ ਆਹੋ ਤੇ ਜੇ ਮਾਲਕ ਗੱਲ ਕਰਨਾ ਸੀ ਕੀ ਬਿਲਕੁਲ ਸਹੀ ਗੱਲ ਹੈ ਭਾਈ ਜੀ ਤੁਸੀਂ ਕਿਹਾ ਉਹ ਭਾਂਵੇਂ ਤੇਰੀ ਬਿستی ਕਰਦੇ ਹੋਂ ਹਾਂ ਉਹ ਜੋ ਮਰਜ਼ੀ ਬੜੇ ਪਲਾ ਕਿਨੇ ਅੰਗਰੇਜ਼ ਆ ਕੋਈ 35 ਤੋਂ 40 ਅੰਗਰੇਜ਼ ਆਏ ਬੋਲੇ ਬੋਲੇ ਜਿਹਨਾਂ ਨੇ ਮਸ਼ੀਨਾ ਫਿਟ ਕਰਨੀ ਆ ਬੋਲੇ ਬੋਲੇ ਬੜੇ ਤਗੜੇ ਤਗੜੇ ਦੋ ਸਾਢੇ 6-6 ਫੁੱਟ ਉੱਚੇ ਇੰਨੇ ਬੜੇ ਅੰਗਰੇਜ਼ ਓਏ ਜਵਾਨ ਜਵਾਨ ਤਗੜੇ ਹੰਜੀਨੀਅਰ ਹੋਗਾ ਆ ਇੰਜੀਨੀਅਰ ਇੰਜੀਨੀਅਰ ਫਿਟ ਕਰਨ ਆਏ ਆਸ਼ਾ ਮੋੜ ਤੇ ਉਹਨਾਂ ਚ ਇੱਕ ਇੰਜੀਨੀਅਰ ਜਿਹੜਾ ਸਿਕਾ ਨਾ ਅੰਗਰੇਜ਼ ਆ ਉਹ ਇੱਥੇ ਕਿਤੇ ਨਾ ਪਾਕਿਸਤਾਨ ਮਹੀਨੇ ਦੋ ਮਹੀਨੇ ਬਾਅਦ ਆਉਂਦਾ ਰਹਿੰਦਾ ਆ ਯਾਨੀ ਕਿ ਉਹਦੀ ਡਿਊਟੀ ਪਾਕਿਸਤਾਨ ਚ ਲੱਗੀ ਕਿ ਪਾਕਿਸਤਾਨ ਦੇ ਜਿਹੜੀਆਂ ਵੀ ਮੇਲਾ ਮੁੱਲਾ ਲੱਗਣੀਆਂ ਨਾ ਹਾਂ ਉਹਨਾਂ ਚ ਫਿਟਿੰਗ ਕਰਨ ਉਹ ਨਹੀਂ ਆਉਣਾ ਉਹ ਪਾਕਿਸਤਾਨ ਆਉਂਦਾ ਰਹਿੰਦਾ ਨਾ ਉਹ ਜਿਹੜਾ ਅੰਗਰੇਜ਼ ਹਾਂ ਕਿਉਂਕਿ ਉਹਦੀ ਹੁਣ ਇੱਥੇ ਵਾਕਫੀਅਤ ਵੀ ਹੋ ਗਈ ਇੱਥੇ ਉਹਦਾ ਬੋਲੀ ਬੋਲੀ ਆਉਂਦੀ ਪੰਜਾਬੀ ਵੀ ਬੋਲਣੀ ਆ ਗਈ ਅੰਗਰੇਜ਼ ਆਈ ਨੂੰ ਹਾਂ ਇੱਥੇ ਦਾ ਹੀ ਆਉਣਾ ਐਵੇਂ ਫਿਰ ਆਪਣੇ ਆਪ ਨੂੰ ਅੰਗਰੇਜ਼ ਹਾਂ ਜਿਹੜੇ ਰੋਟੀ ਰੋਟੀ ਖਾ ਲਈ ਨਾ ਜੀ ਅੱਛਾ ਮੈਨੂੰ ਕਹਿੰਦਾ ਯਾਰ ਭਾਜਾਦ ਪੰਜਾਬੀ ਚ ਕਹਿੰਦਾ ਹਾਂਜੀ ਵਾਜਾ ਹਾਂ ਬਾਹਰ ਆ ਪਤਾ ਉਹਨੂੰ ਹਾਂ ਬਾਜਾ ਮੈਨੂੰ ਕਹਿੰਦਾ ਆ ਯਾਰ ਬਾਹਰ ਪੁਰਾਸੀ ਗੱਟ ਪੀਏ ਯਾਨੀ ਤੈਨੂੰ ਪੁੱਠੀ ਮੱਤਿਆ ਲਾਉਂਦਾ ਮੈਨੂੰ ਤਾਂ ਲਾਉਣਾ ਚਾਹੁੰਦਾ ਨਹੀਂ 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 ਹਰ ਸਿਗਟਾ ਤਾਂ ਯਾਰ ਇਹ ਵੀ ਕਹਾ ਸਕਦਾ ਸੀ ਨਾ ਬਈ ਯਾਰ ਰੋਟੀ ਖਾਏ ਸਿਗਟਾ ਕਿਉਂ ਨਹੀਂ ਰੋਟੀ ਅੰਦਰ ਖਾ ਕੇ ਅੱਛਾ ਅੰਦਰ ਰੋਟੀ ਖਾ ਕੇ ਬਾਹਰ ਸਿਗਟ ਪੀਆ ਤਲਬ ਹੋਈ ਨਾ ਸਿਗਟ ਦੀ ਸਿਗਟ ਦੀ ਦੇਖੋ ਸਿਗਟਾਂ ਸੀ ਹਾਂ ਮੇਰੇ ਕੋਲ ਸਿਗਟ ਅੱਛਾ ਫੇਰ ਤੇ ਮੈਨੂੰ ਕਹਿੰਦਾ ਯਾਰ ਗੱਲ ਇਹ ਆ ਅਜਾਜ ਬਾ ਅਜਾਜ ਤੇ ਭਾ ਗਿਆ ਹਾਂ ਅੰਗਰੇਜ਼ੀ ਨੇ ਹਾਂ ਮੈਨੂੰ ਕਹਿੰਦਾ ਯਾਰ ਗੱਲ ਇਹ ਆ ਕਿ ਅਸੀਂ ਨਾ ਉਥੇ ਖਾਂਦੇ ਆ ਬਿੱਲੇ ਕੀ ਖਾਂਦੇ ਬਿੱਲੇ ਗਿੱਦੜ ਓਏ ਆਹ ਅੰਗਰੇਜ਼ ਬਥੇਰੀ ਇਹੋ ਜੀਆਂ ਸ਼ਾਮਾ ਖਾਂਦੇ ਆ ਅੱਜ ਨਾ ਬਾਬਾ ਸੱਪ ਆਹੋ ਡੱਡੂ ਕਚੂਕਮੇ ਜੇ ਕਚੂਕਮੇ ਚੂਹੇ ਵਾਹ ਸਹੀ ਕਾ ਯਾਰ ਉਲਟੀ ਨਾ ਕਰਾ ਦੀ ਮੈਨੂੰ ਹਾਂ ਇਹ ਕਹਿੰਦਾ ਸੀ ਖਾਂਦੇ ਆ ਕਹਿੰਦਾ ਯਾਰ ਆ ਜਾ ਯਾਰ ਮਨੇ ਘੁੱਟ ਪਾਣੀ ਪੀ ਲਾਂਦੇ ਬਾਬਾ ਜੀਬ ਜਾਈ ਨਾਂ ਲੈ ਲਿਆ ਤੂੰ ਐਂਡ ਤੇ ਕਿਹੜਾ ਡੱਡੂ ਵਾਲਾ ਆ ਫੇਰ ਲਈ ਜਨਾ ਯਾਰ ਤੂੰ ਇੱਕ ਪਾਣੀ ਦਾ ਅੱਛਾ ਫੇਰ ਤੇ ਕਹਿੰਦੇ ਯਾਰ ਰੈਣਾ ਜਾਜ਼ ਅਈਂਕਿਆ ਮੈਂ ਕਿਹਾ ਹਾਂ ਯਾਰ ਅੰਗਰੇਜ਼ ਇਹ ਤੂੰ ਕਿਹਾ ਹਾਂ ਹਾਂ ਯਾਰ ਅੰਗਰੇਜ਼ ਹਾਂ ਬਾਸ਼ਾ ਫੇਰ ਕੀ ਕਹਿੰਦਾ ਅੰਗਰੇਜ਼ ਤੇ ਕਹਿੰਦਾ ਯਾਰ ਕੋਈ ਬੰਦਾ ਵਾਕਿਫ ਹੈ ਅਛਾ ਮੇਗਾ ਜੀ ਕਿਦਾਂ ਦਾ ਬੰਦਾ ਚਾਹੀਦਾ ਅੰਗਰੇਜ਼ ਤੂੰ ਕਹਿਆ ਕਿਦਾਂ ਦਾ ਬੰਦਾ ਚਾਹੀਦਾ ਅੰਗਰੇਜ਼ ਹਾਂ ਅਛਾ ਤੇ ਮੈਨੂੰ ਕਹਿੰਦਾ ਯਾਰ ਰਾਣਾ ਸਾਹਿਬ ਹੁਣ ਸਾਫ ਤੇ ਆ ਗਿਆ ਹਾਂ ਪਹਿਲੇ ਭਾ ਕਹਿੰਦਾ ਸੀ ਹਾਂ ਗੱਲਾਂ ਗੱਲਾਂ ਚ ਸਾਫ ਕਹਿੰਦਾ ਹਾਂ ਅੰਗਰੇਜ਼ ਨੇ ਵੀ ਤੈਨੂੰ ਸਾਫ ਕਿਹਾ ਹਾਂ ਯਾਰ ਮਨੇ ਇੱਕ ਗਾਲਾ ਦਸੇ ਨਾ ਤੂੰ ਹੂੰ ਇਹ 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 ਮਤਲਬ 2020 ਤੋਂ ਬਾਅਦ ਹੂੰ ਦੁਨੀਆ ਦੇ ਵਿੱਚ ਰੀਤ ਆ ਭਈ ਜਿਨੇ ਤੇਨਾ ਕਲਾਮ ਕਰਨਾ ਉਹਨੇ ਅੱਗੇ ਸਾਭ ਲਾਉਣਾ ਤੈਨੂੰ ਘਰ ਤੇ ਆ ਤੇ ਉਹ ਸਾਭ ਕਹੀ ਜਾਂਦੇ ਆ ਕੋਪੁੱਠਾ ਕੰਮ ਕਰਦਾ ਉਹ ਵੀ ਤੈਨੂੰ ਸਾਭ ਕਹੀ ਜਾਂਦਾ ਅੰਗਰੇਜ਼ ਆ ਉਹਨੂੰ ਕਿੱਦਾਂ ਪਤਾ ਸੀ ਤੈਨੂੰ ਕਿ ਸਾਗੇ ਸਾਭ ਕਹਿਣਾ ਬੱਚ ਬਿਸ਼ਾਰਤ ਹਾਂ ਦੇਖ ਅਸੀਂ ਤੇਰੇ ਪੁੱਤਰਾ ਬਜਾ ਆ ਜੇ ਸਾਨੂੰ ਦੁਨੀਆ ਸਾਭ ਕਹਿੰਦੀ ਤੈਨੂੰ ਚੰਗਾ ਨਹੀਂ ਲੱਗਦਾ ਨਹੀਂ ਆਰਾ ਇਹ ਤਾਂ ਗੱਲ ਪੱਕੀ ਆ ਮਾਂ ਇਹ ਤਾਂ ਮੈਂ ਤੈਨੂੰ ਦਵਾ ਦੇਣਾ ਅੱਲਾ ਤੈਨੂੰ ਸਾਭ ਹੀ ਰੱਖਿਆ ਹਾਏ ਤੇ ਮੈਨੂੰ ਕਹਿੰਦਾ ਜੀ ਬੰਦਾ ਚਾਹੀਦਾ ਮੁਦੱਬਰ ਜਿਹਾ ਆ ਕੋ ਮੋਤਬਰ ਟੈਪ ਮੋਤਬਰ ਟੈਪ ਬੰਦਾ ਕਾਦੇ ਵਾਸਤੇ ਮੁੱਛ ਰੱਖੀ ਹੋਵੇ ਸੂਟ ਚਿੱਟਾ ਪਾਇਆ ਹੋਵੇ ਖੁੱਸਾ ਥੱਲੇ ਪਾਇਆ ਵਾ ਜਿਹੜਾ ਮੀ ਮੰਗਦਾ ਹੁੰਦਾ ਮੋਢੇ ਤੇ ਚਿੱਟਾ ਸਾਫਾ ਹੋਵੇ ਐ ਸਟੈਪ ਦਾ ਬੰਦਾ ਚਾਹੀਦਾ ਜਿਲ੍ਹੇ ਉਹਨੇ ਨਕਸ਼ਾ ਕੱਢਿਆ ਨਾ ਲਾੜਾ ਕੀ ਕੋ ਮੰਗ ਲਿਆ ਮੈਂ ਕਿਹਾ ਨਕਸ਼ਾ ਤੇ ਸਾਰਾ ਚਾਚੇ ਬਿਸ਼ਾਰਤ ਦਾ ਆ ਜਾ ਕੇ ਕਾਲਸ ਹੋਰ ਤੋਂ ਲਾ ਜਾ ਨਕਸਾ ਕਰਦੇ ਉਹ ਉਹ ਇਹ ਗੜੀਓ ਮਰਾ ਮਰੀ ਟੋਂ ਮੀ ਆਲਾ ਖਸਾਪਾ ਹੁੰਦੀਆਂ ਬੋਸ ਕੀ ਸੂਟ ਪਾਉਂਦੀਆਂ ਮੈਂ ਕਹਾਂ ਜੀ ਆਹਦੇ ਲਈ ਚਾਹੀਦਾ ਨਾਲ ਉਹ ਕਹਿੰਦਾ ਜੀ ਬੰਦੇ ਦੀ ਤਨਖਾਹ ਆ 2.5 ਲੱਖ ਰੁਪਏ ਮਹੀਨਾ ਅਸੀਂ 3 ਮਹੀਨੇ ਇੱਥੇ ਰਹਿਣਾ ਕਿੰਨੀ 2.5 ਲੱਖ ਰੁਪਈਆ ਤਨਖਾਹ 1 ਲੱਖ ਫਿਰ 2 ਲੱਖ ਤੇ ਫਿਰ ਅੱਧਾ ਲੱਖ 0.5 ਲੱਖ ਕਾਹਦੀ ਕਾਹਦੀ ਬਾਤ ਹੈ ਘਰ ਚਾਹੀਦਾ ਕੋਈ ਨਹੀਂ ਨਹੀਂ ਹਾਂ 2.5 ਲੱਖ ਤਨਖਾਹ ਹੈ ਕਿ ਬੰਦੇ ਨੇ ਸਵੇਰੇ ਉੱਠਣਾ ਅੱਛਾ ਅੰਗਰੇਜ਼ਾਂ ਕੋ ਚਲੇ ਜਾਣਾ ਅਛਾ ਉਹਨੂੰ ਕਹਿੰਨਾ ਆਪਾਂ ਅੰਗਰੇਜ਼ ਅੱਜ ਪਲਕ ਕੀ ਖਾਣ ਦਾ ਮੂਡ ਹੈ ਉਹਨੇ ਅੱਗੋ ਕਹਿਤਾ ਕਿ ਗਿੱਦੜ ਫੜ ਲਿਓ ਕੀ ਗਿੱਦੜ ਗਿੱਦੜ ਕਿੱਦੜ ਇਹ ਅਕੌਣ ਉਹਨੇ ਖਾਣਾ ਹਾਂ ਅੰਗਰੇਜ਼ ਨੇ ਜੱਤਾ ਬਿਸ਼ਾਰਤ ਤੂੰ ਕਿਹ ਹੈ ਕੌਣ ਗਿਆ ਤੂੰ ਕਿਥੇ ਕਮਾਦਾਂ ਚ ਫਿਰਨ ਡਿਆ ਕਮਾਚ ਵੜਨ ਲੱਗਿਆ ਕੱਚਾ ਪਾ ਲੈਣਾ ਇੱਕ ਮਿੰਟ ਪੁੱਤ ਇਹ ਨੌਕਰੀ ਮੈਂ ਆ ਕਰ ਰਿਹਾ ਹਾਂਜੀ ਮੈਂ ਗੱਲ ਕਰਿਆ ਹੁੰਦੀ ਪੱਕਾ ਹੋ ਗਿਆ ਚਾਚਾ ਬਿਸ਼ਰਤ ਤਿੰਨ ਮਹੀਨੇ ਵਾਸਤੇ 2.5 2.5 ਲੱਖ 7.5 ਲੱਖ ਰੁਪਇਆ ਤਿੰਨ ਮਹੀਨੇ ਦਾ ਨਹੀਂ ਇਹ ਤਾਂ ਤੂੰ ਇਹ ਤਾਂ ਜੰਮਦਿਆਂ ਸ਼ੁਰੂ ਹੋ ਗਿਆ ਐਡਵਾਂਸ ਅੱਗ ਨੌਕਰੀ ਪੱਕੇ ਕਰਾਇਆ ਮੇਰੀ ਪੱਕੀ ਨੌਕਰੀ ਹੈ ਮੈਂ ਕੀ ਕਰਨਾ ਉਹ ਅੰਗਰੇਜ਼ ਕੋਸ ਕੋ ਮੈਂ ਜਾਣਾ चाचा बार तू कहना, अंग्रे। बा आ, बा तो कहना क्या -क्या है कुत्ता दस्तयाब है गिदड़ दस्तयाब है डू दस्तयाब है केली दस्तयाब है चूहा दस्तयाब है मैं कहना मेरी ना मेरे को फिलहाल ना किरला दस्तिया मेरे नया उस अंग्रेज ना किरला खाना तू किरला जरा वा व किरला पुछला नहीं जे मन दुनू कहा भाई मेरे को ना रिछ दस्तिया रिछ है? और रिछ जाएगा अंग्रेज को ਉੱਪਰ ਗਿਆੜ ਜਾਨਵਰ ਬੇ ਕੋਈ ਕੋਈ ਯਾਰ ਨੂੰ ਦੱਸ ਦੇ ਭਾਈ ਜਿੱਦਾਂ ਦੀ ਤੇਰੀ ਤਬੀਅਤ ਕਰਦੀ ਓਏ ਆ ਪੁੱਤ ਨਹੀਂ ਦਿਆ ਹੋ ਗਿਆ ਛੋੜੋ ਇਹ ਕਿਹੜੀ ਦਿਸ਼ਾ ਹੈ ਮੈਨੂੰ ਮੈਨੂੰ ਦੱਸ ਦੱਸ ਉਹਨੇ ਜੇ ਮੈਨੂੰ ਕਹਤਾ ਬਿਮਾਰੀ ਛਕਾਣਾ ਮੈਂ ਰਿਚ ਕਿਥੋਂ ਫੜ ਕੇ ਦੇਣਾ ਤੂੰ ਮੇਰੇ ਕਾਬੂ ਹੋਣਾ ਕੋ ਹੋਸ਼ ਨੂੰ ਹੱਥ ਮਾਰ ਇਹ ਤਾਂ ਬਿਸ਼ਰਤ ਖੂ ਚੰਗੇ ਜੇ ਤਿੰਨ ਚਾਰ ਦੇਖ ਲੈ ਖੂ ਖੂ ਹਾਂ ਗਾਉ ਖੋਸਰਾ ਵੀ ਚਾਹੀਦਾ ਉਹਨੂੰ ਨਹੀਂ ਨਹੀਂ ਖੂ ਘੜੇ ਗਲੋ ਦੇਖ ਲੈ ਪਾਣੀ ਵਾਲੇ ਪਾਣੀ ਵਾਲੇ ਆ ਕੋ ਦਿਹਾੜੇ ਚ ਦੋ ਕ ਵਾਰੀ ਡੋਬ ਕੇ ਮਾਰਦਾ ਨਹੀਂ ਹਾਂ ਹੋਰ ਖੂ ਖੂ ਘੜੇ ਜਿੱਦਾਂ ਉਹਨੇ ਤੈਨੂੰ ਕਹਿਣਾ ਨਾ ਕਿ ਅਸੀਂ ਅੱਜ ਡੱਡੂ ਖਾਣੇ ਨੇ ਅੱਛਾ ਡੱਡੂ ਵੀ ਖਾਂਦੇ ਨੇ ਤੇ ਗਿਆ ਆ ਰਾਮ ਨਾਲ ਖੋਜ ਹਾਂ ਕੱਪੜੇ ਲਾ ਕੇ ਸਾਈਡ ਤੇ ਰੱਖੇ ਹਾਂ ਜੀ ਉਹ ਬਬਰ ਸ਼ੇਰ ਕੱਚਾ ਪਾਇਆ ਹੈ ਹਾਂ ਜੀ ਤੇ ਉੱਤੇ ਖੜੇ ਹੋ ਕੇ ਨਾ ਜਿੱਡਾ ਮਰਦੀ ਡੂੰਗਾ ਆ ਹਾਂ ਜੀ ਥੱਲੇ ਨੂੰ ਸਿਰ ਕਰਕੇ ਤੈਨੂੰ ਛਾਲ ਮਾਰੀ ਹੈ ਤੇ ਜਿੰਨੇ ਡੱਡੂ ਨੇ ਵਕਤ ਪੈ ਗਿਆ ਕਿ ਚਾਚਾ ਬਿਸ਼ਾਰਤ ਆ ਗਿਆ। ਆਹ ਜੀ ਇੱਥੇ ਆਖੋ ਕਿਸੇ ਵਾਸ਼ ਚਕੁੰਦਰ ਦੇ ਬੱਚੇ। ਡੱਡੂ ਕੰਦਾ ਨਾ ਲੱਗਦੇ ਫਿਰ ਇਹਨੇ ਡਰ ਡਰ ਕੇ। ਓਏ ਪ੍ਰਾਈਵੇਟ ਨੇ ਆ ਲਿਆ ਮੇਰੀ ਵੀ ਬਕਬਾਸ ਸੁਣ ਲਾ ਪੋ ਕੇ ਜਾਣਾ। ਡੱਡੂ ਮੈਂ ਫੜ ਕੇ ਲਿਆਉਣ। ਬਸ ਚਾਚਾ ਬਿਸ਼ਾਰਤ ਕੰਗ ਜਿਹੜੇ ਕੱਤ ਛਾਪਰ ਇੱਕ ਤੇਰੇ ਕੋਲ। ਬੱਲੇ ਬੱਲੇ ਵਾ ਵਾ। ਅੱਛਾ ਪੀਲਾ ਜਿਹੜਾ ਵੱਡਾ ਡੱਡੂ ਹੁੰਦਾ ਨਾ। ਅੱਛਾ। ਅੱਛਾ। ਹੱਟਾ। ਅੱਛਾ। ਉਹ ਇੱਕ ਸਾਈਡ ਤੇ ਰੱਖਣਾ ਸਾਫਰ ਚ ਡੱਡੂ ਲਿਆਉਣਾ ਜਿਹੜਾ ਡਾਰਕ ਬਰਾਊਨ ਹੁੰਦੇ ਡੱਡੂ ਉਹ ਅਲੱਗਾ ਰੱਖਣੇ ਉਹ ਜੀ ਠੀਕ ਹੈ ਨਾ ਇੱਥੇ ਰੱਖ ਠੀਕ ਹੈ ਜਿਹੜਾ ਡੱਡੂ ਭੱਜ ਕੇ ਤੇਰੇ ਤੋਂ ਚੁੱਭੀ ਮਾਰ ਰਿਹਾ ਹੈ ਅੱਛਾ ਚਾਚਾ ਬਿਸ਼ਾਰਤ ਤੂੰ ਮਗਰ ਮਗਰ ਹੈ ਮੱਛੀ ਜਿਵੇਂ ਜਾ ਰਹੀ ਹੁੰਦੀ ਹੈ ਡੱਡੂ ਤੇ ਮੈਂ ਡੱਡੂ ਦੇ ਡੱਡੂ ਅੱਗੇ ਅੱਗੇ ਹੈ ਚਾਚਾ ਬਿਸ਼ਾਰਤ ਮਗਰ ਮਗਰ ਹੈ ਡੱਡੂ ਉੱਤੇ ਰੁਕਿਆ ਚਾਚਾ ਬਿਸ਼ਾਰਤ ਉੱਤੇ ਨੂੰ ਆ ਗਿਆ ਇੱਥੇ ਰੱਖ ਡੱਡੂ ਦੇ ਬੱਚੇ ਡੱਡੂ ਦੀ ਆ ਡੱਟਨੀ ਦੇ ਆ ਬੱਚੇ ਆ ਡੱਡੂ ਦੇ ਤੇ ਬਸ ਚਾਚਾ ਬਿਸ਼ਰਤ ਜਿਹੜਾ ਤੈਨੂੰ ਡੱਡੂ ਆ ਜਵੇ ਨਾ ਪਸੰਦ ਅੱਛਾ ਤੂੰ ਉਹਦੇ ਮਗਰ ਆ ਗਿਆ ਆ ਗਿਆ ਬਟ ਮੰਨੂ ਆ ਇੱਕ ਸਾਲ ਤੋਂ ਪਸੰਦ ਆ ਡੱਡੂ ਮੈਨੂੰ ਤੂੰ ਬਹੁਤ ਪਸੰਦ ਆਈ ਲਵ ਯੂ ਡੱਡੂ ਆਈ ਲਵ ਯੂ ਡੱਡੂ ਓ ਕਿਸੇ ਟਟਲੀ ਦੇ ਬੱਚਿਆ ਤੂੰ ਮੈਨੂੰ ਬਹੁਤ ਪਸੰਦ ਆ ਕਹ ਦੇ ਅੰਗਰੇਜ਼ੀ ਨੂੰ ਆ ਲੱਭ ਗਿਆ ਮੈਨੂੰ ਡੱਡੂ ਅੱਛਾ ਮੈਂ ਡੱਡੂ ਦੇ ਮਗਰ ਮਗਰ ਤੇ ਡੱਡੂ ਦੇ ਮਗਰ ਚਾਚਾ ਬਿਸ਼ਰਤ ਪਾਣੀ 'ਚ ਇੰਜ ਫਿਰ ਰਿਹਾ ਵਾਹ ਆਛਾ ਕਿਤਾ ਜਿਵੇਂ ਖਰਗੋਸ ਤੇ ਮਗਰ ਸ਼ਿਕਾਰੀ ਕੁੱਤਾ ਜਾ ਰਿਹਾ ਟਕ 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 ਕੁੱਤੇ ਦੇ ਆ ਪੁੱਤਰਾ بابا ਡੱਟੂ ਕਾ ਅੱਜ ਫੜਨੇ ਆ ਮੈਨੂੰ ਇੱਕ ਗੱਲ ਦੱਸ ਮੈਂ ਡੱਟੂ ਫੜ ਫੜ ਛਾਪਰ 'ਚ ਪਾਈ ਜਾਵਾਂ ਹਾਂ ਹਾਂ ਮੁੜ ਕੇ ਅੰਗਰੇਜ਼ ਵਾਲ ਜਲਦਾ ਹੋਵਾਂ ਹਾਂ ਛਾਪਰ ਦੇ ਵਿੱਚ ਮੌਰੀ ਹੋ ਜਵੇ ਸਾਰੇ ਡੱਡੂ ਚੋਰ ਜਨ ਕੌਣ ਤੇ ਮੈਂ ਤਾਰਾਂ ਓਏ ਦੱਸਣਾ ਨਾਲੇ ਡੱਟੂ ਮੈਂ ਡੱਟੂ ਮੈਂ ਡੱਟੂ ਕਿਹੜੀ ਗੱਲੋਂ ਫੜਨੇ ਆ ਓਏ ਡੱਡੂ ਤਾ ਵੀ ਸਰਦ ਜਿਹੜਾ ਕੁੱਤਾ ਹੈ ਨਾ ਜੀ ਹਾਂ ਨਾ ਕਿਹੜਾ ਕੌਣ ਕੁੱਤਾ ਤੂੰ ਓਏ ਤੂੰ ਕੁੱਤਾ ਮਰ ਤੂੰ ਕਹ ਕਹਣਾ ਲੈ ਲੈ ਤੈਨੂੰ ਨਹੀਂ ਕਹਿਣਾ ਚਾਚਾ ਬਿਸਰ ਹਾਂ ਐ ਤੂੰ ਹੱਥ ਪਿੱਛੇ ਨੂੰ ਬੰਨੇ ਹੋਏ ਨੇ ਹੱਥ ਪਿੱਛੇ ਬੰਨੇ ਆ ਛਾਤੀ ਚੌੜੀ ਹੈ ਤੇਰੀ ਹਾਂ ਸੇਮ ਬਾਂਦਰ ਤੈ ਆੜਾ ਮੋਲੇ ਚੋਂਦਾ ਹਾ ਚੱਲ ਸੌਰ ਓ ਲੱਕਮ ਆ ਚਾ ਫੇਰ ਛਾਤੀ ਚੌੜੀ ਆ ਹਾਂ ਆ ਵਾ ਵਾ ਛਾਤੀ ਕਿਹੜੀ ਗੱਲ ਚੌੜੀ ਬੇਟੇ ਮੈਂ ਡੱਡੂ ਫੜਦਾ ਹਾਂ ਲੋਕੀ ਛਾਤੀ ਚੌੜੀ ਕਰਦੇ ਆ ਭਈ ਅਸੀਂ ਕੋਈ ਮਕਾਨ ਵੱਡਾ ਬਣਾ ਲਿਆ ਅਸੀਂ ਕੋਈ ਮਾਰਕਾ ਮਾਰਿਆ ਮੈਂ ਇਹ ਸਕੇ ਲੋ ਛਾਤੀ ਚੌੜੀ ਕਰਾਂ ਭਈ ਮੈਂ ਡੱਡੂ ਫੜਦਾ ਲੱਖ ਲਾਲ ਤੇਰੇ ਤੇ ਆ ਕਸਾ ਡੱਡੂ ਤੇ ਆ ਬੱਚਾ ਮੁੱਲੇ ਚ ਜਾ ਰਹੇ ਆ ਚਾਚਾ ਬਿਸ਼ਾਰਤ ਅੱਛਾ ਫੇਰ ਖਾਲੀ ਜਿਹਾ ਪਲਾਟ ਦੇਖ ਰਹੇ ਆ ਜਿੱਥੇ ਕੁੱਤੇ ਬੰਦੇ ਨੇ ਬਾਬਾ ਸਾਰੇ ਠੀਕ ਆ ਰਾਜਾ ਉਹਨਾਂ ਨੂੰ ਕੀ ਕਰਾਂ ਕੁੱਤੇ ਦੇ ਕੋਲ ਗਿਆ ਮਾਂ ਹਾਂ ਆਰਾਮ ਨਾਲ ਚਾਚਾ ਟੈਲੀਫੋਨ ਤੇ ਮੇਰੀ ਤੇਰੀ ਗੱਲ ਹੋਈ ਜਾਵੇ ਫੇਰ ਨਹੀਂ ਬਾਹਰ ਔਰ ਡੌਗੀ ਔਰ ਡੌਗੀ ਡੌਗੀ ਮੋਤੇ ਅੱਗੇ 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 ਬਾਹੂ-ਆਹੂ ਕਰ ਜ਼ਰਾ ਅੱਗੇ ਬਾਹੂ-ਆਹੂ ਕਰ ਫਿਰ ਕੀ ਕਰਦਾ ਮੈਂ ਕੁੱਤੇ ਨੂੰ ਜਾ ਕੇ ਕਹਿਣਾ ਕਿ ਕੁੱਤੇ ਓ ਅੱਗੇ ਸਾਹਬ ਲਾ ਲੀਆ ਮੇਰਾ خیال ਓ ਸਾਹਬ ਕੁੱਤਾ ਸਾਹਬ ਲਾ ਲਾ ਕੇ ਮੈਂ ਸਾਹਬ ਤੈਨੂੰ ਪਸੰਦ ਬਾਤ ਨਾ ਮੈਂ ਜਾ ਕੇ ਕਹਾਂਗਾ ਕੁੱਤਾ ਸਾਹਬ ਮੈਨੂੰ ਜਾ ਜਾ ਜ ਸਾਹਬ ਨੇ ਭੇਜਿਆ ਤੇ ਅੰਗਰੇਜ਼ ਸਾਹਿਬ ਨੇ ਤੁਹਾਨੂੰ ਖਾਣਾ ਕੁੱਤਾ ਸਾਹਿਬ ਓਹ ਸਾਹਿਬ ਆਕੇ ਆਕੇ ਪੌਂਕ ਲੌਕੇ ਕੁੱਤੇ ਨੂੰ ਜਾ ਕੇ ਕਹਿਣਾ ਕਿ ਕੁੱਤੇ ਆਹ ਅੱਜ ਤੱਕ ਪਾ ਅੰਗਰੇਜ਼ ਦੇਖਿਆ ਕਦੀ ਵੱਲ ਕੁੱਤੇ ਨੂੰ ਕਹਿਣਾ ਨਹੀਂ ਯਾਰ ਚੱਜਾ ਬਿਸ਼ਾਰਤ ਮੈਂ ਤਾਂ ਅੰਗਰੇਜ਼ ਵੀ ਦੇਖੇ ਤਾਂ ਪਾਕਿਸਤਾਨੀ ਆਜ ਤਾਈ ਹਾਂ ਹੱਥ ਤੇ ਹੱਥ ਮਾਰ ਕੇ ਕਹੋਗਾ ਕਾਲਾ ਯਾਨੀ ਕਿ ਅਗਲੀ ਲੱਤ ਅਗਲੀ ਲੱਤ ਦੇ ਨਾਲ ਸੱਜੀ ਲੱਤ ਖੱਬੀ ਲੱਤ ਦੇ ਨਾਲ ਮਾਰ ਕੇ ਕਹੂਗਾ ਮਾਤਰੀ ਕਦੀ ਦੇਖਿਆ ਡੱਪ ਕੇ ਮਾਰ ਜਾ ਕੁੱਤੇ ਨੂੰ ਕਹਿੰਦਾ ਆ ਯਾਰ ਤੈਨੂੰ ਮੈਂ ਘੇੜਾ ਦੇਣਾ ਨਾ ਕੁੱਤੇ ਨੂੰ। ਉਹ ਤੈਨੂੰ ਘੇੜਾ ਦੇਣਾ। ਹਾਂ ਉਹਨੂੰ ਕਹਿੰਦਾ ਆ ਯਾਰ ਤੈਨੂੰ ਮੈਂ ਨਾ ਅੱਜ ਅੰਗਰੇਜ਼ ਦਿਖਾ ਕੇ ਲਿਆਉਣਾ। ਅੱਛਾ। ਕੁੱਤੇ ਨੂੰ ਮੈਂ ਕਹਾਂ। ਤੈਨੂੰ ਅੰਗਰੇਜ਼ ਦਿਖਾ ਕੇ ਲਿਆਉਣਾ। ਹਾਂ। ਫੇਰ। ਬਸ ਨਾਲ ਲੈ ਕੇ ਤੁਰ ਪੈਣਾ। ਕੁੱਤੇ ਨੂੰ। ਤੇਰੇ ਕੋਲ ਕਰਮਾਲ ਹੈ। ਮੇਰੇ ਕੋਲ। ਹਾਂ। ਜਿੱਤੇ ਬੇਹੋਸ਼ ਕਰਨ ਵਾਲੀ ਦਵਾਈ ਲੱਗੀ ਹੈ। ਵਾਹ ਵਾਹ। ਅੱਛਾ। ਯਾਨੀ ਕਿ ਮੈਂ ਨਸਲੀ ਜਾਦੂਗਰ ਵੀ ਹਾਂ। ਇਹ ਮੈਨੂੰ ਪਤਾ ਕੋਈ ਨਹੀਂ ਸੀ। ਜੇ ਵੀ ਚ ਕਬੂਤਰ ਹੋਣਾ ਮੇਰੇ। ਹਣਾ। ਮੈਂ ਉਹ ਕੋਲਾ ਦੇ ਵਿੱਚ ਉਹ ਇਨਾ ਫੀਤਾ ਕਾੜ ਦਿੰਦਾ ਹੁਣ ਬਸ ਕੁੱਤਾ ਬੇਹੋਸ਼ ਕਰਨਾ ਹੈ ਕੁੱਤਾ ਬੇਹੋਸ਼ ਕਰਨਾ ਹਾਂ ਅੱਛਾ ਤੇ ਚੁੱਕ ਕੇ ਦੌੜ ਪੈਣਾ ਅੰਗਰੇਜ਼ਾਂ ਨਾਲ ਕੁੱਤਾ ਬੇਹੋਸ਼ ਕਰਕੇ ਅਰੇਜ ਕੋਲ ਲੈ ਜਾਣਾ ਹਾਂ ਬਸ ਤੇ ਬੇਹੋਸ਼ੀ ਆਪਾ ਕਰਨਾ ਤੇ ਮੈਂ ਕੱਢ ਕੇ ਟੈਲੀਫੋਨ ਤੇ ਤੇਰੀ ਤਸਵੀਰ ਕਿਉਂ ਨਾ ਦਿਖਾਵਾਂ ਮਾਰ ਹੀ ਦੇਨੇ ਆ ਡਾਇਰੈਕਟ ਕਤਲ ਹੀ ਕਰ ਦਿੰਨਾ ਕੁੱਤਾ ਓਏ ਆ ਪੁੱਤਰੀ ਤੇ ਆ ਮੈਂ ਤੈਨੂੰ ਬਹੁਤ ਜੁੱਤੀਆਂ ਮਾਰ ਲੀਆਂ ਮੈਂ ਤੈਨੂੰ ਦੱਸਾਂ ਕੁੱਤਾ ਬੇਹੋਸ਼ ਕਰਕੇ ਲੈ ਕੇ ਜਾਣਾ ਹਾਂ ਯਾਨੀ ਕਿ ਅੰਗਰੇਜ਼ ਦਾ ਲੋਕਾਂ ਦਾ ਖਾਣਾ ਹੁੰਦਾ ਗਰਮ ਹੋ ਕੇ ਅੰਗਰੇਜ਼ ਦਾ ਖਾਣਾ ਆ ਗਿਆ ਆ ਰਿਆ ਪਿਓ ਹੋਸ਼ ਹੋ ਕੇ ਦਰ ਫੇਟੇ ਮੂੰ ਲੋਕਾਂ ਦਾ ਖਾਣਾ ਮੈਂ ਕਿਹਾ ਬ ਚੁੱਲਿਓਂ ਲਾ ਕੇ ਲਿਆਈਦਾ ਤੇ ਮੈਂ ਅੰਗਰੇਜ਼ ਦਾ ਖਾਣਾ ਰੂੜੀ ਤੋਂ ਮਨਾ ਕੇ ਲਿਆ ਰਿਆ ਜਿਹੜਾ ਕੀ ਦੇਣਾ ਕੁੱਤੇ ਨੂੰ ਓਏ ਕੁੱਤੇ ਦੀ ਪੂਛ ਵਿੱਚ ਵੈਸਾ ਚੂਹਾ ਬੰਨ ਲੈ ਦੇ ਵੇਖੀ ਕੁੱਤੇ ਦੇ ਗੇੜੇ ਨਹੀਂ ਮੁਕਰ ਬੋਤਾਂ ਨੂੰ ਵੈਸੇ ਮੈਂ ਅੱਜ ਰਹਾਣਾ ਜਾਜ ਸੰਘਾ ਦੇਣਾ ਵੇਖੀ ਉਹਦੇ ਗੇੜੇ ਨਹੀਂ ਮੁਕਰ ਬਸ ਜਿੱਦਨ ਉਹਦਾ ਦਿਲ ਕਰੇ ਕੀ ਖਾਨ ਕਿ ਚੂਏ ਖਾਨ ਨੂੰ ਆ ਚੂਏ ਮੇਰਾ ਨੱਕ ਬਹੁਤ ਛੋਟਾ ਪੁੱਤ ਵੇ ਮੈਂ ਨੱਕ ਅੱਗੇ ਕਰ ਦੂੰ ਉਹ ਤੇ ਘਾਟਾ ਨਹੀਂ ਨਹੀਂ ਆ ਆ ਜਿਹੜੇ ਡੁੱਡਾਂ ਚੁੰਦੇ ਆ ਬੋਛਾ ਆ ਜਿਹੜੇ ਟੋਕਦੇ ਆ ਤੇਰੇ ਤਰ੍ਹਾਂ ਹਾਂ ਬੋਛਾ ਬਸ ਸੱਤ ਬਿਸ਼ਾਰੇ ਤੂੰ ਖੁੱਡਾਂ ਚ ਵੱਢੀ ਜਾਣਾ ਚੂਆਂ ਦੀ ਹਾਂ ਕਿਉਂ ਮੈਂ ਖੁੱਡਾਂ ਚ ਕਿਉਂ ਮੜਨਾ ਮੈਂ ਬਿੱਲੀ ਆ ਮੈਂ ਚੂਹੇ ਦੀ ਖੋਟ ਚ ਕੀ ਕਰਨ ਜਾਣਾ ਵਾਂ ਬੰਦ ਚੋਕ ਕੇ ਲਾ ਗਿਆ ਚੂਹਾ ਮੇਰਾ ਜਾਂ ਮੇਰੇ ਰਸ ਚੋਕ ਕੇ ਦੌੜ ਗਿਆ ਚੂਹਾ ਮੈਂ ਉਹਦੀ ਖੋਟ ਚ ਕਿਉਂ ਬੜਾ ਕਰਾਇਆ ਨਹੀਂ ਦਿੱਤਾ ਹੁਣ ਓਏ ਚੂਹੇ ਓਏ ਮਿਸਰੀ ਚੂਹੇ ਚੂਹਾ ਨਾ ਘੜੀ ਕਲੋਂ ਫੰਡਾ ਓਏ ਬਸ ਅਚਾਨਕ ਇਸ਼ਾਰਾ ਤੇ ਆ ਕੇ ਸਵੇਰ ਤੋਂ ਤੇਰੀ ਡਿਊਟੀ ਸ਼ੁਰੂ ਆ ਤੂੰ ਫੜਨ ਤੇ ਹਾ ਜੋ ਨਾ ਦਿਲ ਕਰੇ ਚੱਲ ਫਿਰ ਮੈਂ ਸਵੇਰੇ ਸਵੇਰੇ ਪਹਿਲੇ ਪਹਿਲਾ ਤੇਰੇ ਤੇ ਤੈਨੂੰ ਮੈਂ ਫੜਨਾ ਹੈਂ ਪਹਿਲਾ ਤਾਂ ਚੂਹਾ ਮੋਟਾ ਤਾਦਾ ਚੂਹਾ ਡੈਣਾ ਨਾ ਚੂਹਾ ਸਾਹਿਬ ਬਸ ਇਹ ਆ ਕਿ ਜਿੱਦ ਨੂੰ ਦਾ ਦਿਲ ਕਰੇ ਨਾ ਬਿੱਲਾ ਖਾਣ ਨੂੰ ਬੱਲਾ ਵਾ 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 ਬਿੱਲਾ ਬਸ ਦੁੱਧ ਲੈਣਾ ਦੁੱਧ ਲਾਣਾ ਹੱਥ ਚ ਕੋਲ ਫੜਿਆ ਕਟੋਰਾ ਬਾਸ਼ਾ ਤੇ ਆਵਾਜ਼ ਦੇਣੀ ਹੈ ਮਾਨੋ ਬਿੱਲੀ ਆਹ ਸਤਕਾ ਜਾ ਮਾਨੋ ਇਹ ਪਾੜੋ ਬਿੱਲੀ ਪਾਂਜੀ ਆ ਮੇਰੀ ਇਹ ਬਿੱਲੀ ਨੂੰ ਆਵਾਜ਼ ਦੇਣੀ ਹੈ ਮਾਨੋ ਬਿੱਲੀ ਅੱਛਾ ਬਿੱਲੀ ਨਾਲ ਕੋ ਕੀ ਕਹਿਣਾ ਅੱਪਾ ਜੀ 1 ਮਿੰਟ ਆਈ ਮੈਂ ਦੁਪੱਟਾ ਲੈ ਆਵਾ ਇਹ ਕਹਾਂ ਨਹੀਂ ਉਹਨੇ ਕਹਾਂ ਅੱਪਾ ਜੀ ਮੈਂ ਕਾਲਜ ਚਲੀ ਆ ਇਹ ਮਾਨੋ ਬਿੱਲੀ ਤੂੰ ਇਹਦੇ ਪਿਆਰ ਦੀ ਆਵਾਜ਼ ਦੇਣੀ ਆ ਉਹਦੀ ਕਿ ਬਜਾ ਪਿਆਰ ਨਾਲ ਕੋ ਆਵਾਜ਼ ਦੇਣੀ ਆ ਮੰਗੇ ਤਰਾ ਬਿੱਲੀ ਮੇਰੀ ਸਵੇਰੇ ਪਹਿਲੀ ਦਿਹਾੜੀ ਆ ਚਾਚਾ ਬਿਸ਼ਾਰਤ ਤੇਰੀ ਕਹ ਜੀ ਤੇਰੀ ਡਿਊਟੀ ਤੇ ਨੌਕਰੀ ਤੇ ਅੱਛਾ ਸਵੇਰੇ ਕੀ ਨੋਸ਼ ਫਰਮਾ ਰਹੇ ਨੇ ਕੁੱਤਾ ਸਾਹਿਬ ਜਾਣਾ ਅੰਗਰੇਜ਼ਾਂ ਕੋਲੋਂ ਕਰਨ ਕਰਨ ਜੀ ਮੈਨੂੰ ਰਾਣਾ ਸਾਹਿਬ ਨੇ ਭੇਜਿਆ। ਓਹ ਸਾਹਿਬ! ਤੁਨੂੰ ਲਗਾ ਕੇ ਤੇ ਗੋਲੀ ਸਾਹਿਬ ਹਾਏ। ਇਹ ਸਾਹਿਬ ਨੇ ਸਾਡੀ ਸਾਡੀ ਮਤ ਮਾਰੀ ਆ। ਸਾਹਿਬ! ਆ ਸਾਹਿਬ ਇਹ ਲੋਕਾਂ ਨੂੰ ਕਿਹੜੇ ਕੰਮ ਤੇ ਲਾਉਂਦਿਆ ਸਾਹਿਬ। ਸਾਹਿਬ! ਓਏ ਸਾਹਿਬ! ਮੈਂ ਤੇਰਾ ਲਾਉਣਾ ਸਾਹਿਬ। ਤੇਰਾ ਮੈਂ ਲਾ ਲਿਆ ਸਾਹਿਬ। ਮੈਂ ਤੇਰਾ حساب ਲਾ ਲਿਆ ਕਿਵੇਂ ਤੂੰ ਕੁੱਤੇ ਦੀ ਪੂਛ ਆ। ਤੂੰ ਕਿਸੇ ਕਿਸੇ ਟਟੂ ਦਾ ਯਾਰ। ਕਿਸੇ ਚੂਹੇ ਦਾ ਰਿਸ਼ਤੇਦਾਰ ਕਿਸੇ ਰਿਛ ਦਾ ਚਾਚਾ ਵਾ ਤਾਂ ਕਿਸੇ ਡੌਗੀ ਦਾ ਤੂੰ ਸਗਾ ਮਾਮੇ ਪੂਫੇ ਦਾ ਪੁੱਤ ਆ ਲੈ ਕਿਸੇ ਕੁੱਤੇ ਦਾ ਪੁੱਤਰ